ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਹੋਣ ਵਾਲੇ ਵਾਧੂ ਦੇ ਖਰਚਿਆਂ ਤੋਂ ਬਚਾਉਣ ਲਈ ਪੰਜਾਬ ਦੀਆਂ ਬਹੁਮੰਤਵੀ ਸਹਿਕਾਰੀ ਸਭਾਵਾਂ ਨੂੰ 10,664 ਖੇਤੀ ਮਸ਼ੀਨਰੀ ਖਰੀਦਣ ਲਈ 80% ਸਬਸਿਡੀ ਮੁਹੱਈਆ ਕਰਵਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਤਹਿਤ ਦੀ ਬੁਲਾੜੀ ਖੁਰਦ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਵੱਲੋਂ ਕਿਸਾਨਾਂ ਲਈ ਖੇਤੀ ਮਸ਼ੀਨਰੀ ਵਿੱਚ 4 ਰੋਟਾਵੇਟਰ 2 ਮਰਚਰ ਦੀ ਖਰੀਦ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਕਦਮੀ ਕੀਤੀ ਗਈ ਹੈ। ਇਸ ਮੌਕੇ ਬਹੁਮੰਤਵੀ ਸਹਿਕਾਰੀ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ, ਵਾਈਸ ਪ੍ਰਧਾਨ ਰਣਧੀਰ ਸਿੰਘ ਨੇ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਗੋਂ ਉਸਦੀ ਸੁਚੱਜੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਇਸ ਵਿਆਪਕ ਯੋਜਨਾ ਦਾ ਲਾਭ ਲੈਣ। ਉਹਨਾਂ ਦੱਸਿਆ ਕਿ ਉਹਨਾਂ ਦੀ ਸੁਸਾਇਟੀ ਵੱਲੋਂ ਜਿੱਥੇ ਕਿਸਾਨਾਂ ਨੂੰ ਖਾਦਾਂ, ਕੀਟਨਾਸ਼ਕ, ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਸੁਸਾਇਟੀ ਵੱਲੋਂ ਕਿਸਾਨਾਂ ਨੂੰ ਵਾਜਬ ਰੇਟ ਤੇ ਘਰੇਲੂ ਵਸਤਾਂ ਵੀ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਜਸਪਾਲ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਅਤੇ ਉਸਦੀ ਸੁਚੱਜੀ ਸੰਭਾਲ ਲਈ ਖੇਤੀ ਮਸ਼ੀਨਰੀ ਉਪਲਬਧ ਹੈ। ਉਹਨਾਂ ਕਿਹਾ ਕਿ ਪਿੰਡਾਂ ਦੇ ਕਿਸੇ ਵੀ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਹੀ ਵਾਹੁਣਾ ਯਕੀਨੀ ਬਣਾਇਆ ਜਾਵੇ ਅਤੇ 100% ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕਿਸਾਨ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਾ ਲਗਾਵੇ। ਇਸ ਮੌਕੇ ਕਿਸਾਨ ਹਰਮੀਤ ਸਿੰਘ ਨੇ ਕਿਹਾ ਕਿ ਇਸ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ। ਜੋ ਇਸ ਮਹਿੰਗੀ ਮਸ਼ੀਨਰੀ ਖਰੀਦਣ ਤੋਂ ਅਸਮਰੱਥ ਹਨ ਉਹ ਸਭ ਤੋਂ ਘੱਟ ਕਿਰਾਏ ਤੇ ਇਹ ਮਸ਼ੀਨਰੀ ਲੈ ਕੇ ਖੇਤੀਬਾੜੀ ਦੇ ਇਸ ਧੰਦੇ ਵਿੱਚ ਹੋਰ ਲਾਭ ਲੈਣਗੇ। ਆਪਣਾ ਜਿਹੜਾ ਇਹ ਜੀ ਸਮਾਨ ਲਿਆਂਦਾ ਜੀ, ਇਹ ਆਪਣਾ ਸੈਂਟਰ ਗੌਰਮੈਂਟ ਦੇ ਜੀ 80% ਜੀ ਆਹ ਸਬਸਿਡੀ ਹੈ ਜੀ, ਅਤੇ ਕਿਸਾਨਾਂ ਵਾਸਤੇ ਆਪਣਾ ਉਹ ਇਹ ਸੰਦ ਲਿਆਂਦੇ ਆ ਜੀ, ਜੋ ਕਿਸਾਨਾਂ ਨੂੰ ਫਾਇਦਾ ਹੋ ਸਕੇ ਜੀ। ਇਹ ਸਮਾਨ ਆਪਣਾ 4 ਆਪਣਾ ਰੋਟਾਵੇਟਰ ਹੈ ਜੀ, 2 ਮਰਚਰ ਹੈ ਜੀ, ਅਤੇ ਇੱਕ ਪਹਿਲਾਂ ਵੀ ਸਾਡੇ ਕੋਲ ਰੋਟਾਵੇਟਰ ਹੈਗੇ ਜੀ। ਇਹਦੇ ਕਰਕੇ 4-5 ਪਿੰਡਾਂ ਸਾਡੇ ਪਿੰਡ ਸਟੇਟੀ ਹੈ ਜੀ। ਇਹ ਇੱਕ ਤਾਂ ਹੋਰ ਹੈ ਜੀ ਆਪਣਾ ਵੀ ਪਰਾਲੀ ਨੂੰ ਜਿਸ ਤਰ੍ਹਾਂ ਵੀ ਹੁਣ ਕਹਿੰਦੀ ਸਰਕਾਰ ਵੀ ਅੱਗ ਨਹੀਂ ਲਾਉਣੀ ਜੀ, ਇਹਦੇ ਵਾਸਤੇ ਵਿੱਚ ਆਪਣਾ ਪਰਾਲੀ ਦੀ ਮਿਲਾਊਗਾ ਜੀ। ਅੱਗੇ ਚਲੋ ਜੋ ਕਿਸਾਨ ਹੋਣਗੇ ਆਪਣਾ ਇਹਦਾ ਫਾਇਦਾ ਲੈਣਗੇ ਜੀ। ਹਾਂਜੀ, ਅਸੀਂ ਤਾਂ ਹੋਰ ਵੀ ਕਹਿੰਦੇ ਵੀ ਹੋਰ ਸਟੇਟੀਆਂ ਨੂੰ ਵੀ ਅਪੀਲ ਕਰਦੇ ਹਾਂ ਇਹੀ ਵੀ ਆਪਣਾ ਵੱਧ ਤੋਂ ਵੱਧ ਇਹਦਾ ਲਾਹਾ ਲਿਓ, ਜੋ ਸਬਸਿਡੀ ਆ ਲੈ ਕੇ ਆਏ ਹਾਂ ਜੀ। ਇਹ 80% ਸਬਸਿਡੀ ਸੈਂਟਰ ਗੌਰਮੈਂਟ ਨੇ ਦਿੱਤੀ ਹੈ ਜੀ, ਅਤੇ ਅਸੀਂ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇੱਥੋਂ ਸਸਤੇ ਰੇਟ 'ਤੇ ਵੀ ਕਿਰਾਏ 'ਤੇ ਇਹਨਾਂ ਨੂੰ ਲੈ ਕੇ ਜਾਓ ਅਤੇ ਆਪਣਾ ਲਾਭ ਉਠਾਓ। ਦੂਜੀ ਬੇਨਤੀ ਇਹ ਹੈ ਵੀ ਅਸੀਂ ਸੁਸਾਇਟੀਆਂ ਨੂੰ ਵੀ ਹੋਰ ਜਿਹੜੇ ਸਕੱਤਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਇਹ ਸਕੀਮ 'ਚ ਲਾਹਾ ਲਓ। ਜ਼ਿਲ੍ਹੇ ਦੇ ਵਿੱਚ ਸਭ ਪਹਿਲੇ ਨੰਬਰ 'ਤੇ ਵੀ ਅਸੀਂ ਲੈ ਕੇ ਆਏ ਇਹਨਾਂ ਨੂੰ। ਸੁਸਾਇਟੀ ਨੂੰ ਫਾਇਦਾ ਤਾਂ ਇਹ ਜੀ, ਚਲੋ ਵੀ ਜੇ ਜ਼ਿਆਦਾ ਨਹੀਂ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਜੀ। ਕਿੱਥੇ 1,25,000 ਲਾ ਕੇ ਰੋਟਾਵੇਟਰ ਲਿਆਉਂਦਾ, ਕਿੱਥੇ ਇਹਦਾ 500-700 ਰੁਪਈਆ ਕਿਰਾਏ ਨਾਲ ਸਰ ਜਾਣਾ ਜੀ। ਇਹ ਸਕੀਮ ਦਾ ਬਹੁਤ ਸੈਂਟਰ ਗੌਰਮੈਂਟ ਦੀ ਸਕੀਮ ਹੈ, ਇਹਦਾ ਬਹੁਤ ਜ਼ਿਮੀਂਦਾਰਾਂ ਨੂੰ ਫਾਇਦਾ ਹੋਊਗਾ ਜੀ। ਮਤਲਬ ਜਿਹੜੇ ਰਹਿੰਦ ਖੂੰਹਦ ਹੈ ਨਾ ਪਰਾਲੀ ਦੀ, ਉਹ ਵੇਸਟ ਵਿੱਚ ਨਾਲ ਤਾਂ ਖਾਦ ਬਣੂਗਾ, ਮਤਲਬ ਜ਼ਮੀਨ ਦੀ ਤਾਕਤਵਰ ਬਣੂਗੀ ਜੀ। ਬਾਕੀ ਜਿਹੜਾ ਪ੍ਰਦੂਸ਼ਣ ਆ ਉਹਦੇ ਨਾਲ ਘੱਟ ਹੋਊਗਾ ਜੀ। ਅਤੇ ਬਾਕੀ ਜ਼ਿਮੀਂਦਾਰਾਂ ਨੂੰ ਵੀ ਅਪੀਲ ਹੈ ਵੀ ਆਪਣਾ ਇੱਥੋਂ ਮਤਲਬ ਖੜਨ ਸੰਦ ਆਪਣਾ ਜਿਹੜੇ ਖਰੀਦਣ ਦੇ ਘੱਟ ਕੋਸ਼ਿਸ਼ ਕਰਨਾ, ਸੁਸਾਇਟੀ ਨੂੰ ਸੁਸਾਇਟੀ 'ਚੋਂ ਵੀ ਲਿਜਾਣ ਦੀ ਕੋਸ਼ਿਸ਼ ਕਰਨਾ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਫਾਇਦਾ ਇਹੀ ਹੈ ਵੀ ਜਿਹੜੇ ਜ਼ਿਮੀਂਦਾਰ ਹੈ ਉਹ ਪਹਿਲੇ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਵੀ ਜੀ, ਉਹਨਾਂ ਪਰ ਹੋਰ ਪ੍ਰੈਸ਼ਰ ਪਵੇ, ਇੰਨੀ ਉਹਨਾਂ ਦੀ ਅਹਿਮੀਅਤ ਨਹੀਂ ਹੈਗੀ ਵੀ ਉਹ ਇੰਨੇ ਮਹਿੰਗੇ ਸੰਦ ਦੁਬਾਰਾ ਕਰਜ਼ਾ ਲੈ ਕੇ ਲੈ ਸਕਣ। ਇਹ ਸਰਕਾਰ ਦਾ ਬਹੁਤ ਬੜਾ ਉਪਰਾਲਾ ਹੈ ਵੀ ਜਿਹੜੀ ਜ਼ਿਮੀਂਦਾਰਾਂ ਸਬਸਿਡੀ 'ਤੇ ਦੇ ਰਹੀ ਹੈ ਸੁਸਾਇਟੀਆਂ ਨੂੰ, ਯਾਨੀ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਕਰਜ਼ਾ ਚੱਕਣ ਦੀ ਲੋੜ ਨਹੀਂ, ਉਹ ਥੋੜ੍ਹੇ ਪੈਸਿਆਂ 'ਚ ਕਿਰਾਇਆ ਦੇ ਕੇ ਆਪਣਾ ਕੰਮ ਕਰਵਾ ਲੈਣਗੇ। ਸਭ ਤੋਂ ਬੜਾ ਫਾਇਦਾ ਇਹ ਹੈ। ਦੂਜਾ ਫਾਇਦਾ ਇਹ ਹੈ ਵੀ ਹੁਣ ਜਿਹੜਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਗਿਆ, ਸਾਡੀ ਸਿਹਤ ਵਾਸਤੇ ਵੀ ਮਾੜਾ ਹੈ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਕਮੀ ਆ ਜੂਗੀ। ਬਾਕੀ ਇਹ ਹੈ ਵੀ ਸਾਰਾ ਜਦ ਰਹਿੰਦ ਖੂੰਹਦ ਫਸਲਾਂ ਦੀ ਮਿੱਟੀ ਦੇ ਵਿੱਚ ਮਿਲੂਗੀ, ਮਿੱਟੀ ਤਾਕਤਵਰ ਵੀ ਹੋਜੂਗੀ, ਖਾਦਾਂ ਦੀ ਵਰਤੋਂ ਵੀ ਘੱਟ ਜੂਗੀ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।